ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਈਬਲ ਗੋਲੀਕਾਂਡ 'ਤੇ ਪੰਜਾਬ ਸਰਕਾਰ ਵੱਲੋਂ ਬਾਦਲਾਂ ਨੂੰ ਕਲੀਨ ਚਿੱਟ ਦੇਣ ਵਿਰੁੱਧ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਰਕਾਰ ਨੂੰ ਆੜੇ ਹੱਥੀ ਲਿਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਵਿੱਚ ਉਹਨਾਂ ਕਿਹਾ ਕਿ ਦੋਨਾਂ ਪਾਰਟੀਆਂ ਦਾ ਯਾਰਾਨਾ ਲੋਕਾਂ ਸਾਹਮਣੇ ਆ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਈਬਲ ਗੋਲੀਕਾਂਡ 'ਤੇ ਪੰਜਾਬ ਸਰਕਾਰ ਵੱਲੋਂ ਬਾਦਲਾਂ ਨੂੰ ਕਲੀਨ ਚਿੱਟ ਦੇਣ ਵਿਰੁੱਧ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਰਕਾਰ 'ਤੇ ਵਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਦਾ ਯਾਰਾਨਾ ਲੋਕਾਂ ਸਾਹਮਣੇ ਆ ਗਿਆ ਹੈ। ਭਗਵੰਤ ਮਾਨ ਨੇ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਵਿੱਚ ਕਬੱਡੀ ਟੂਰਨਾਮੈਂਟ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਮਾਤਾ ਭਾਗੋ ਸੰਬੰਧੀ ਕੀਤੀ ਗਲਤ ਟਿੱਪਣੀ ਨਾ ਮਾਫ਼ੀ ਯੋਗ ਕੁਕਰਮ ਹੈ। ਕੱਲ੍ਹ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ ਅਤੇ ਕੱਲ੍ਹ ਨੂੰ ਜਿਹੜੇ ਨਾਮ ਨੇ ਉਹ ਵਰਕਰਾਂ ਤੋਂ ਜਿਹੜੇ ਵੀ ਵਲੰਟੀਅਰਾਂ ਤੋਂ ਨਾਮ ਪੁੱਛ ਕੇ ਜਿਹੜੇ ਜਿਹੜੇ ਵੀ ਨਾਮ ਹੋਣਗੇ ਉਹਨਾਂ 'ਤੇ ਡਿਸਕਸ਼ਨ ਹੋ ਕੇ ਕੱਲ੍ਹ ਸ਼ਾਮ ਤੱਕ PAC ਨੂੰ ਸਾਰੇ ਨਾਮ ਭੇਜ ਦਾਂਗੇ ਅਤੇ ਹੋਪਫੁਲੀ ਕੱਲ੍ਹ ਪਰਸੋਂ ਤੱਕ ਬਸ ਸਾਡੇ ਨਾਮ ਨਹੀਂ ਅਗਲੇ ਦਿਨ ਨਹੀਂ ਅੱਜ ਹੀ ਲੱਗਿਆ ਹੋਇਆ ਬਿਆਨ ਅਤੇ ਅੱਜ ਹੀ ਉਹ ਘੰਟੇ ਬਾਅਦ ਕਹਿ ਰਹੇ ਨੇ। ਅਸਲ 'ਚ ਜਿਹੜੀ ਉਹਨਾਂ ਦੇ ਦਿਲ 'ਚ ਸੱਚਾਈ ਹੈ ਉਹ ਬਾਹਰ ਨਿਕਲਿਆ ਜੀ, ਠੀਕ ਹੈ ਨਾ। ਉਹ ਐਡਾ ਵੱਡਾ ਅਖਬਾਰ ਜਿਹੜਾ ਐਡਾ ਵੱਡਾ ਟਾਈਟਲ ਝੂਠਾ ਨਹੀਂ ਦੇ ਸਕਦਾ ਮੁੱਖ ਮੰਤਰੀ ਦਾ। ਸੋ ਕਲੀਨ ਚਿੱਟ ਤਾਂ ਬਹੁਤ ਦੇਰ ਦੀ ਦਿੱਤੀ ਹੋਈ ਆ ਉਹਨਾਂ ਨੇ, ਜੇ ਕਲੀਨ ਚਿੱਟ ਨਾ ਦਿੱਤੀ ਹੁੰਦੀ ਹੁਣ ਤੱਕ ਜਾਂਚ ਕੰਪਲੀਟ ਹੋ ਜਾਂਦੀ ਤਾਂ ਉਹ ਜੇਲ੍ਹ 'ਚ ਹੋਣੇ ਸੀਗੇ। ਸੋ ਕੈਪਟਨ ਸਾਹਿਬ ਦੀ ਕਿਵੇਂ ਹਿੰਮਤ ਪੈ ਗਈ ਕਿ ਉਹ ਇੱਕ ਪਾਸੇ ਤਾਂ ਜਾਂਚ ਚੱਲ ਰਹੀ ਹੈ ਅਤੇ ਦੂਜੇ ਪਾਸੇ ਉਹ ਕਲੀਨ ਚਿੱਟ ਦੇ ਰਹੇ ਨੇ? ਬਿਲਕੁਲ ਸੇਮ ਕਲੀਨ ਚਿੱਟਾਂ ਜਿਹੜੇ ਬਾਦਲ ਆਪਦੇ ਅਕਾਲੀ ਦਲ ਦੇ ਲੀਡਰਾਂ ਨੂੰ ਦਿੰਦਾ ਰਿਹਾ 10 ਸਾਲ, ਹੁਣ ਇਹ ਕਲੀਨ ਚਿੱਟਾਂ ਦਾ ਉਹੀ ਸੇਮ ਕਮੀਜ਼ ਇਹਨੇ ਪਾ ਲਿਆ ਕੈਪਟਨ ਨੇ, ਇਹ ਕਲੀਨ ਚਿੱਟਾਂ ਦੇਈ ਜਾਂਦਾ। ਸੋ ਇੱਥੋਂ ਹੀ ਸਿੱਧ ਹੁੰਦਾ, ਰਲੇ ਹੋਏ ਨੇ ਦੋਨੇ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੋਡੀ ਦੀ ਰਿਪੋਰਟ।